ਕਹਤਾ ਜੀ ਮੈਂ ਲੁਧਿਆਣੇ ਨਿਵਾਸੀਆਂ ਦਾ ਇੱਥੇ ਜੋ ਅੱਜ ਐਡਾ ਵੱਡਾ ਰੋਡ ਸ਼ੋਅ ਜੋ ਸਾਡਾ ਸਾਨੂੰ ਹੰਗਾਰਾ ਜੋ ਸਾਡਾ ਸਵਾਗਤ ਲੁਧਿਆਣਾ ਨਿਵਾਸੀਆਂ ਨੇ ਕੀਤਾ ਮੈਂ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਔਰ ਮੈਂ ਮਹਿਸੂਸ ਕਰਦਾ ਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ ਜੋ ਅੱਜ ਲੁਧਿਆਣੇ ਨੇ ਪਿਆਰ ਔਰ ਜੋ ਸੰਕੇਤ ਦਿੱਤਾ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪੁੱਠੀ ਗਿਣਤੀ ਦੀ ਅੱਜ ਸ਼ੁਰੂਆਤ ਇਸ ਧਰਤੀ ਤੋਂ ਹੋ ਗਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 2.5 ਸਾਲਾਂ 'ਚ ਗੁਟਕਾ ਸਾਹਿਬ ਸ਼ਬਦ ਗੁਰੂ ਦੀ ਝੂਠੀਆਂ ਸਹੁੰਆਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਝੂਠੀਆਂ ਸਹੁੰਆਂ ਖਾ ਕੇ ਲੋਕਾਂ ਨੂੰ ਸਿਰਫ ਤੇ ਸਿਰਫ ਦੁਖੀ ਔਰ ਪਰੇਸ਼ਾਨ ਕੀਤਾ ਔਰ ਜਿਹੜਾ ਗੁਰੂ ਦਾ ਨਾ ਬਣਿਆ ਉਹਨੇ ਕਦੇ ਪੰਜਾਬ ਦਾ ਨਹੀਂ ਬਣਨਾ ਔਰ ਅੱਜ ਅਸਲੀਅਤ ਕੀ ਹੈ ਕਿ ਨਾ ਸੋਸ਼ਲ ਵੈਲਫੇਅਰ ਸਕੀਮਾਂ ਆਉਂਦੀਆਂ ਨੇ ਨਾ ਘਰ ਘਰ ਨੌਕਰੀ ਪਹੁੰਚੀ ਜਿਹੜੀ ਨੌਕਰੀ ਪਹੁੰਚੀ ਉਹ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਲੈ ਗਿਆ ਰਵਨੀਤ ਸਿੰਘ ਬਿੱਟੂ ਜਿਹੜੀ ਨੌਕਰੀ ਪੰਜਾਬ ਦੇ ਬੱਚਿਆਂ ਨੂੰ ਮਿਲਣੀ ਸੀ ਧੀ ਪੁੱਤ ਨੂੰ ਮਿਲਣੀ ਸੀ ਉਹ ਨੌਕਰੀ ਇਹਨਾਂ ਦਾ ਪਰਿਵਾਰ ਖੋ ਕੇ ਲੈ ਗਿਆ ਕਿਉਂਕਿ ਇਹ ਸਭ ਤੋਂ ਵੱਧ ਗਰੀਬ ਸੀ ਲੋੜਵੰਦ ਸੀ ਬੇਰੋਜ਼ਗਾਰ ਸੀ ਲੋਕਾਂ ਨੇ ਇਹ ਚਿਹਰਾ ਵੀ ਕਾਂਗਰਸ ਦਾ ਪਛਾਣ ਲਿਆ ਔਰ ਉੱਥੇ ਇੰਡਸਟਰੀ ਨੂੰ ਅੱਜ ਇੰਡਸਟਰੀ ਜ਼ੀਰੋ ਕਰਤੀ ਹੈ ਕਾਂਗਰਸ ਨੇ ਬਿਕੋਜ਼ ਆਫ ਕਾਂਗਰਸ ਦੀ ਮਾਫੀਆ ਰਾਜ 'ਚ ਬਿਜਲੀ ਦੇ ਰੇਟ ਜਿਹੜੇ 5 ਰੁਪਏ ਦੇਣ 'ਚ ਕਹੇ ਸੀਗੇ ਉਹ ਅੱਜ 7.5 ਤੋਂ 9 ਰੁਪਈਏ ਤੱਕ ਸਮਾਲ ਸਕੇਲ ਮੀਡੀਅਮ ਸਕੇਲ ਔਰ ਇੰਟੈਂਸਿਵ ਨੂੰ ਅੱਡ ਅੱਡ ਕੈਟੇਗਰੀ 'ਚ 9 ਰੁਪਏ ਤੱਕ ਬੱਤੀ ਮਿਲ ਰਹੀ ਹੈ ਇਸ ਲਈ ਉਹਨਾਂ ਦੇ ਸਾਰੇ ਫੇਲੀਅਰਸ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਕਿਸਾਨਾਂ ਦਾ ਕਰੋੜਾਂ ਰੁਪਈਆ ਗੰਨੇ ਦਾ ਬਕਾਏ ਦੇ ਪੈਸੇ ਕਾ ਸਰਕਾਰ ਖਾ ਗਈ ਹੈ ਟੀਚਰਾਂ ਦੀ ਤਨਖਾਹਾਂ 45,000 ਤੋਂ 10,000 ਕਰਤੀ ਹੈ 800 ਸਕੂਲ ਬੰਦ ਕਰਤੇ ਹੈ ਵਰਦੀਆਂ ਬੱਚਿਆਂ ਦੀ 100 ਕਰੋੜ ਦਾ ਇਹ ਪੈਸੇ ਸਰਕਾਰ ਖਾ ਗਈ ਹੈ ਔਰ ਇੰਪਲੋਈਜ਼ ਨੂੰ ਨਾ ਭੱਤਾ ਦਿੱਤਾ 4,000 ਕਰੋੜ ਇਹਨਾਂ ਦੇ ਭੱਤੇ ਦਾ ਖਾ ਗਈ ਔਰ ਉਹਦੇ ਉੱਤੋਂ ਦੀ ਨਾ ਤਨਖਾਹਾਂ ਵਧਾਈਆਂ ਨਾ ਪੇ ਕਮਿਸ਼ਨ ਲਾਗੂ ਕੀਤਾ ਉੱਤੋਂ ਦੀ ਹਰ ਇੰਪਲੋਈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਪ੍ਰਾਈਵੇਟ ਹੈ 2400 ਰੁਪਈਆ ਕਰੋੜਾਂ ਹੀ ਰੁਪਈਆ ਹਜ਼ਾਰਾਂ ਕਰੋੜ ਰੁਪਈਏ ਇਕੱਠੇ ਕਰਕੇ ਇਹ ਸਰਕਾਰ ਲੋਕਾਂ ਨੂੰ ਚੂਨਾ ਲਾ ਕੇ ਪਾਰ ਗਈ ਹੈ ਇਸ ਲਈ ਕਾਂਗਰਸ ਦੀ ਫੇਲੀਅਰਸ ਔਰ ਜੋ ਇਹ ਪੰਜਾਬ ਨੂੰ ਭਾਈਚਾਰਕ ਸਾਂਝ ਨੂੰ ਅੱਜ ਇਹ ਲੋਕਾਂ ਨੂੰ ਵੰਡਣਾ ਚਾਹੁੰਦੇ ਆ ਉਸ ਨੂੰ ਮੂੰਹ ਤੋੜਵਾ ਜਵਾਬ ਅੱਜ ਪੰਜਾਬੀ ਦੇਣ ਆਏ ਆ ਕੋਈ ਨਹੀਂ ਚਾਹੁੰਦਾ ਪੰਜਾਬ ਦਾ ਨਿਵਾਸੀ ਕਿ ਪੰਜਾਬ ਦੇ ਹਾਲਾਤ ਵਿਗੜਨ ਕਿਉਂਕਿ ਪਿਛਲੇ 2.5 ਸਾਲਾਂ 'ਚ ਕਾਂਗਰਸ ਸਰਕਾਰ ਨੇ ਇਹ 2-3 ਅਖੌਤੀ ਜਿਹੜੇ ਇਹਨਾਂ ਦੇ ਕਾਂਗਰਸੀ ਜਥੇਦਾਰ ਆ ਉਹਨਾਂ ਨਾਲ ਰਲ ਕੇ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨਵੈਸਟਮੈਂਟ ਜ਼ੀਰੋ ਇੰਪਲੋਇਮੈਂਟ ਜ਼ੀਰੋ ਲਾਅ ਐਂਡ ਆਰਡਰ ਫੇਲ ਔਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਲੋਕ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਚਾਹੁੰਦੇ ਆ ਇੱਕ ਪ੍ਰਾਈਮ ਮਿਨਿਸਟਰ ਚਾਹੁੰਦੇ ਜਿਹੜਾ ਦੇਸ਼ ਨੂੰ ਅੱਗੇ ਲਿਜਾ ਸਕੇ ਕਰਪਸ਼ਨ ਫਰੀ ਹੋਵੇ ਨਰਿੰਦਰ ਮੋਦੀ ਜੀ ਦੀ ਜਿੱਤ 'ਚ ਗਰੇਵਾਲ ਸਾਹਿਬ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਦੇ ਸਾਰੇ ਕੈਂਡੀਡੇਟਾਂ ਨੂੰ ਵੱਡੀ ਜਿੱਤ ਦਿਵਾਉਣ 'ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਲਈ ਪੰਜਾਬ ਦੇ ਲੋਕ ਆਪਦਾ ਵਡਮੁੱਲਾ ਯੋਗਦਾਨ